ਤੁਸੀਂ ਰੋਟੀਆਂ ਗੋਲ ਬਣਾ ਲੈਂਦੇ ਹੋ? ਆਪਾਂ ਤਾਂ ਪੂਰੀਆਂ ਜੀ। You said you can't cook. ਨਹੀਂ ਨਹੀਂ ਮੈਂ ਕਰਦਾ ਨਹੀਂ ਹੈ ਕੁੱਕ, ਬਟ ਜੇ ਤੁਸੀਂ ਮੈਨੂੰ ਰੋਟੀਆਂ ਬਣਾਉਣ ਨੂੰ ਕਹੋ, ਰੋਟੀਆਂ ਦੀ ਥਾਲ ਦਾ ਮੈਂ ਨੇਰੀ। ਹਾਂ ਮਤਲਬ ਪੂਰੀਆਂ ਗੋਲ, ਮਤਲਬ ਇੰਨੀਆਂ ਗੋਲ ਵੀ ਤੁਸੀਂ ਸੋਚ ਕੇ ਐ ਜਿਵੇਂ ਕੱਟੀਆਂ ਹੁੰਦੀਆਂ ਪ੍ਰਕਾਰ। ਇਹ ਟ੍ਰੇਨਿੰਗ ਕਦ ਲਿੱਤੀ ਹੈ? ਇਹ ਹਿਡਨ ਟੈਲੈਂਟ ਹੈ ਤੁਹਾਡਾ? ਮੈਂ ਸਟੂਡੈਂਟ ਹਾਂ ਜੀ ਹੋਟਲ ਮੈਨੇਜਮੈਂਟ ਦਾ। ਓ ਗੋਡ, ਜਿਹੜੇ ਹੋਟਲ ਤੁਸੀਂ ਬੈਠੇ ਹੋ ਇੱਥੇ ਵੀ ਕੰਮ ਕਰਕੇ ਗਿਆ ਹੋਇਆ ਮੈਂ। ਵਾਓ, ਹਾਂ ਇਹ ਹਾਂ ਹਾਂ ਤੁਸੀਂ ਰੋਟੀਆਂ ਇਹ ਜਿਹੇ ਪੰਗਾ ਨਾ ਮੇਰੇ ਨਾਲ ਲੈ ਲਿਓ ਕਿਤੇ, ਦਾਲ ਸਬਜ਼ੀਆਂ ਵਾਲਾ। ਅੱਛਾ, ਸਬਜ਼ੀ ਵੀ ਬਣਾ ਲੈਂਦੇ ਹੋ? ਲੈ ਮੈਂ ਤਾਂ ਧਣੀਆਂ ਜਿਹਾ ਬਣਾ ਤੁਹਾਨੂੰ। ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਮੇਰੇ ਨਾਲ? ਨਹੀਂ ਮੈਂ ਤਾਂ ਬਹੁਤ, ਚਲੋ ਦੱਸੋ ਫਿਰ ਕਿਉਂਕਿ ਅੱਜ ਬੜੀ ਪ੍ਰਾਊਡ ਜੀ ਫੀਲਿੰਗ ਹੋਣੀ ਫਿਰ, ਮਤਲਬ ਅੱਜ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਇੱਥੇ ਆਏ ਹੋਵੋਗੇ ਆਈ ਐਮ ਸ਼ੋਰ, ਕਿ ਜਿੱਥੋਂ ਆਪਾਂ ਕੰਮ ਕਰਕੇ ਨਿਕਲੇ ਹੁੰਦੇ ਹਾਂ ਨਾ, ਮੁੜ ਕੇ ਉੱਥੇ ਆ ਕੇ ਇਸ ਤਰੀਕੇ ਨਾਲ ਬੈਠਣਾ ਅਤੇ ਸੈਂਟਰ ਆਫ ਅਟਰੈਕਸ਼ਨ ਬਣਨਾ ਬੜਾ ਫਖਰ ਜਿਹਾ ਮਾਣ ਜਿਹਾ ਮਹਿਸੂਸ ਹੁੰਦਾ ਆ, ਹੈ ਨਾ? ਨਹੀਂ ਮੈਨੂੰ ਅੱਛਾ ਲੱਗਦਾ ਜੀ ਉਰੇ ਆਉਣਾ ਮੈਂ ਵੈਸੇ, ਕਿਉਂਕਿ ਮੈਨੂੰ ਕੀ ਸੀ, ਮੈਂ ਉਰੇ ਵੈਸੇ ਜ਼ਿਆਦਾ ਮੈਂ ਤਾਂ ਉਰੇ ਹਫ਼ਤਾ ਕੀ ਕੰਮ ਕੀਤਾ ਸੀਗਾ ਜੀ। ਅੱਛਾ, ਇਹ ਕਹਿੰਦੇ ਸਾਡੇ ਕੋਲ ਪਹਿਲਾਂ ਹੀ ਬਹੁਤ ਬੰਦੇ ਆ ਜਾ ਤੂੰ। ਮੈਂ ਨਿਊ ਫਰੈਂਡਸ ਕਾਲਨੀ 'ਚ ਉੱਥੇ ਨਾ ਸੋਰੀ ਸਾਊਥ ਉੱਧਰ ਕਰਦਾ, ਹਾਂ ਨਿਊ ਫਰੈਂਡਸ ਕਾਲਨੀ 'ਚ ਉਹ ਸੂਰੀਆ ਕਰਾਊਨ ਪਲਾਸ ਹੋ ਗਿਆ, ਉੱਥੇ ਮੈਂ ਕਾਫੀ ਟਾਈਮ ਰਿਹਾ ਜੀ, ਅਤੇ ਇੱਥੇ ਥੋੜ੍ਹੇ ਟਾਈਮ ਲਈ ਆਇਆ ਸੀਗਾ, ਬਟ ਉਦੋਂ ਮੈਂ ਉਹਦੇ ਟ੍ਰੇਨਿੰਗ ਪੀਰੀਅਡ 'ਚ ਆਇਆ ਸੀ, ਬਟ ਫਿਰ ਕੰਮ ਮੈਂ ਜ਼ਿਆਦਾ ਉੱਥੇ ਕੀਤਾ ਵਾ, ਬਟ ਮੈਨੂੰ ਵਧੀਆ ਲੱਗਦਾ ਜੀ, ਮੈਂ ਉਦੋਂ ਤੱਕ ਕਿੰਨੇ ਸਾਲਾਂ ਤੋਂ ਇੱਥੇ ਹੀ ਆਉਣਾ ਰੈਗੂਲਰ।